A South Asian Canadian channel. ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਰਨਾਲਾ ਵਿਖੇ ਰੈਲੀ ਲਈ ਟ੍ਰੇਨ ਉੱਤੇ ਪੰਜਾਬ ਪੁੱਜੇ। ਰੇਲ ਤੋਂ ਉਤਰਦਿਆਂ ਹੀ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਤੇ ਕਾਂਗਰਸ ਤੋਂ ਦੁਖੀ ਹੈ। ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਸੱਤਾ ਮਿਲਣ ਤੋਂ ਬਾਅਦ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਪਾਰਟੀ ਦਿੱਲੀ ਮਾਡਲ ਉੱਤੇ ਪੰਜਾਬ ਵਿੱਚ ਚੋਣਾਂ ਲੜੇਗੀ। ਜੋ ਕੰਮ ਉਹਨਾਂ ਨੇ ਦਿੱਲੀ ਵਿੱਚ ਕੀਤੇ ਨੇ ਉਸ ਨੂੰ ਮੁੱਖ ਰੱਖ ਕੇ ਪੰਜਾਬ ਵਿੱਚ ਚੋਣਾਂ ਲੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੋਦੀ ਤੇ ਸ਼ਾਹ ਦੀ ਜੋੜੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਲੋਕ ਭਾਜਪਾ ਨੂੰ ਲਾਂਭੇ ਕਰਨ ਲਈ ਤਿਆਰ ਬਰ ਤਿਆਰ ਖੜੇ ਨੇ। ਉਹਨਾਂ ਕਿਹਾ ਕਿ ਜੇਕਰ ਹੁਣ ਵੀ ਮੋਦੀ ਸਰਕਾਰ ਬਣ ਗਈ ਤਾਂ ਦੇਸ਼ ਦੇ ਟੁਕੜੇ ਟੁਕੜੇ ਹੋ ਜਾਣਗੇ। ਇਸ ਲਈ ਸਾਰੀ ਪਾਰਟੀਆਂ ਮੋਦੀ ਖਿਲਾਫ ਇਕੱਠੀਆਂ ਹੋ ਰਹੀਆਂ ਨੇ। ਰੈਲੀ ਕੇ ਲਈ ਹਮ ਲੋਗ ਆਏ ਹੈ ਔਰ ਪੰਜਾਬ ਮੇ ਸਾਰੀ ਸੀਟੋਂ ਪੇ ਆਮ ਆਦਮੀ ਪਾਰਟੀ ਲੜੇਗੀ ਔਰ ਪੰਜਾਬ ਕੀ ਜਨਤਾ ਅਕਾਲੀ ਦਲ ਸੇ ਵੀ ਦੁਖੀ ਥੀ ਔਰ ਅਬ ਕਾਂਗਰਸ ਨੇ ਵੀ ਜੋ ਵਾਅਦੇ ਕੀਏ ਥੇ ਉਨਮੇ ਸੇ ਕੋਈ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਆ। ਜੈਸੇ ਦਿੱਲੀ ਕੇ ਅੰਦਰ ਅੱਛੇ ਅੱਛੇ ਕਾਮ ਕੀਏ ਹੈ ਐਸੇ ਹੀ ਪੰਜਾਬ ਕੇ ਅੰਦਰ ਵੀ। ਸਰ ਕਿਆ ਫਿਰ ਮਤਲਬ ਦੂਸਰੀ ਤਰਫ ਪਾਰਟੀਆਂ ਕੀ ਤਰ੍ਹਾਂ ਇਹ ਵੀ ਰੀਜਨਲ ਪਾਰਟੀ ਬਣ ਗਈ ਦਿੱਲੀ ਕੀ ਅਭੀ ਆਮ ਆਦਮੀ ਪਾਰਟੀ ਜੋ ਰੈਵੋਲੂਸ਼ਨਰੀ ਪਾਰਟੀ ਥੀ ਕਭੀ ਨਹੀਂ ਪੰਜਾਬ ਮੇ ਵੀ ਹੈ ਹਰਿਆਣਾ ਮੇ ਵੀ ਹੈ ਗੋਆ ਮੇ ਵੀ ਹੈ ਧੀਰੇ ਧੀਰੇ ਸਭ ਇਹ ਥੋੜ੍ਹਾ ਐਂਟੀ ਬੀਜੇਪੀ ਜਿਤਨੇ ਫੋਰਸਿਸ ਹੈ ਇਸ ਦੇਸ਼ ਕੇ ਅੰਦਰ ਜੈਸਾ ਮੈਨੇ ਕੱਲ੍ਹ ਬੋਲਾ ਥਾ ਕਿ ਅਮਿਤ ਸ਼ਾਹ ਔਰ ਮੋਦੀ ਜੀ ਕੀ ਜੋ 5 ਸਾਲ ਕਾ ਸ਼ਾਸਨ ਹੈ ਉਸਸੇ ਇਹ ਦੇਸ਼ ਬਹੁਤ ਪਰੇਸ਼ਾਨ ਹੋ ਚੁੱਕਾ ਹੈ। ਮੋਦੀ ਜੀ ਔਰ ਅਮਿਤ ਸ਼ਾਹ ਨੇ ਇਸ ਦੇਸ਼ ਕੋ ਬਰਬਾਦ ਕਰ ਦਿਆ 5 ਸਾਲ ਮੇ ਲੋਕੋਂ ਕੇ ਮਨ ਮੇ ਜ਼ਹਿਰ ਘੋਲ ਦਿਆ ਔਰ ਅਗਰ 2019 ਮੇ ਇਨਕੀ ਸਰਕਾਰ ਦੁਬਾਰਾ ਆ ਗਈ ਤੋ ਇਹ ਦੇਸ਼ ਕੇ ਟੁਕੜੇ ਟੁਕੜੇ ਕਰ ਦੇਂਗੇ ਇਹ ਦੋਨੋਂ ਮਿਲ ਕੇ ਸੰਵਿਧਾਨ ਨਹੀਂ ਛੋੜੇਂਗੇ। ਇੱਕ ਮਿੰਟ ਤੋ ਪੂਰਾ ਦੇਸ਼ ਇਨਕੋ ਆਜ ਹਰਾਨਾ ਚਾਹਤਾ ਹੈ ਔਰ ਜਿਤਨੀ ਪਾਰਟੀਆਂ ਜਿਤਨੇ ਨੇਤਾ ਇਨਕੇ ਖਿਲਾਫ ਹੈ ਵੋ ਕੱਲ ਸਭ ਵਹਾਂ ਪੇ ਇਕੱਠੇ ਹੋਏ ਥੇ ਔਰ ਸਭ ਨੇ ਇੱਕ ਤਰ੍ਹਾਂ ਸੇ ਆਹਵਾਨ ਕੀਆ ਹੈ ਸਭ ਕਾ ਕਿ ਸਾਰੇ ਇਕੱਠੇ ਹੋ ਕੇ ਔਰ ਇਸ ਚੁਣਾਵ ਮੇ ਇਨਕੋ ਹਰਾਏਂਗੇ। A South Asian Canadian channel.